ਤੱਤੀ ਜ਼ਮੀਨ ਉਹ ਕਿਸਾਨ ਦੀ ਮਾਂ ਹੈ ਕਿ ਮਾਂ ਜਿਹੜੀ ਹੈ ਮਾਂ ਨੂੰ ਵੇਚਿਆ ਨਹੀਂ ਜਾ ਸਕਦਾ ਇਹ ਚੀਜ਼ਾਂ ਜਿਹੜੀਆਂ ਨੇ ਕਵੀਆਂ ਨੂੰ ਸਿਆਸਦਾਨਾਂ ਨੂੰ ਕਹਿ ਤਾਂ ਰੱਖ ਸਕਦੀਆਂ ਨੇ ਪਰ ਉਹਨਾਂ ਨੂੰ ਉਹਨਾਂ ਜੋ ਜ਼ੁਲਮ ਹੋ ਰਿਹਾ ਉਹਦੇ ਖਿਲਾਫ ਲਿਖਣੋਂ ਨਹੀਂ ਟਾਲ ਸਕਦੇ ਤੁਹਾਨੂੰ ਲੱਗਦਾ ਨਹੀਂ ਹੈ ਕਿ ਦਿੱਲੀ ਹਮੇਸ਼ਾ ਹੀ ਪੰਜਾਬ ਦੇ ਨਾਲ ਸਿੱਖ ਕੌਮ ਦੇ ਨਾਲ ਜਿਹੜੀ ਆ ਉਹ ਧੱਕਾ ਕਰਦੀ ਆਈ ਆ ਪੰਜਾਬ ਦੇ ਨੌਜਵਾਨਾਂ ਨੂੰ ਹਮੇਸ਼ਾ ਹੀ ਸਿਆਸਤਦਾਨਾਂ ਵੱਲੋਂ ਨਸ਼ੇੜੀ ਕਿਹਾ ਜਾਂਦਾ ਸੀ ਅੱਜ ਉਹੀ ਨੌਜਵਾਨ ਦਿੱਲੀ ਫਤਿਹ ਕਰਨ ਵਾਸਤੇ ਬਾਰਡਰਾਂ ਤੇ ਖੜੇ ਨੇ ਤੇ ਸਿਆਸੀ ਪਾਰਟੀਆਂ ਵੀ ਕਹਿ ਰਹੀਆਂ ਕਿ ਸਾਨੂੰ ਵੀ ਜੋ ਭਾਰਤ ਸਰਕਾਰ ਤੋਂ ਸਨਮਾਨ ਹੋਏ ਨੇ ਉਹ ਵੀ ਅਸੀਂ ਜਿਹੜੇ ਆ ਵਾਪਸ ਕਰ ਰਹੇ ਆ ਕੀ ਤੁਸੀਂ ਮੰਨਦੇ ਹੋ ਕਿ ਸਿਆਸੀ ਪਾਰਟੀਆਂ ਜਿਹੜੀਆਂ ਇਹ ਵਾਕਈ ਵਾਪਸ ਕਰ ਰਹੀਆਂ ਜਾਂ ਕਿਤੇ ਨਾ ਕਿਤੇ ਡਰਾਮੇਬਾਜ਼ੀ ਕਰ ਰਹੀਆਂ ਜਿੰਨਾ ਚਿਰ ਕੋਈ ਸਿਆਸਤਦਾਨ ਆਪਣਾ ਨਾਲ ਭਰਿਆ ਹੋਇਆ ਨਹੀਂ ਉਹਨਾਂ ਚਿਰ ਉਹ ਸਿਆਸਤਦਾਨ ਨਹੀਂ ਬਣ ਸਕਦਾ ਇਹਨਾਂ ਤੋਂ ਇਹੀ ਆਤ ਕੀਤੀ ਜਾ ਸਕਦੀ ਹੈ ਕਿ ਇਹਨਾਂ ਨੇ ਸਿਆਸਤ ਸਿੱਖੀ ਹੈ ਇਹਨਾਂ ਸਿਆਸਤ ਕਰਨੀ ਹੈ ਇਹਨਾਂ ਇਨਸਾਨੀਅਤ ਨਹੀਂ ਸਿੱਖੀ ਇਹਨਾਂ ਦੇ ਅੰਦਰ ਇਨਸਾਨੀਅਤ ਨਹੀਂ ਹੈਗੀ ਪੰਜਾਬ ਦਾ ਟੋਟਲੀ ਕਿਸਾਨ ਜਿਹੜਾ ਇਸ ਟਾਈਮ ਤੇ ਦਿੱਲੀ ਦੇ ਵਿੱਚ ਬੈਠਾ ਹੈ ਦਿੱਲੀ ਫਤਿਹ ਕਰਕੇ ਵਾਪਸ ਆਉਣਗੇ ਕਿਉਂ ਨਹੀਂ ਆਉਣਗੇ ਦਿੱਲੀ ਦੀ ਜਾਨ ਨਿਕਲੀ ਹੋਈ ਹੈ ਕਿ ਸਾਡੇ ਨਾਲ ਹੁਣ ਪਤਾ ਨਹੀਂ ਕੀ ਬਣਨਾ ਅਮੜੀ ਮੈਨੂੰ ਆਖਣ ਲੱਗੀ ਤੂੰ ਧਰਤੀ ਦਾ ਗੀਤ ਰਹੇਗਾ ਪਦਮਸ਼ਰੀ ਹੋ ਕੇ ਪਾਤਰ ਤੂੰ ਮੇਰਾ ਸਰਜੀਤ ਰਹੇਗਾ ਸੋਸ਼ਲ ਮੀਡੀਆ ਤੇ ਇਹ ਲਾਈਨਾਂ ਕਾਫੀ ਤੇਜ਼ੀ ਨਾਲ ਵਾਇਰਲ ਹੋਈਆਂ ਸੋ ਸਰਜੀਤ ਪਾਤਰ ਦੀਆਂ ਇਹ ਲਾਈਨਾਂ ਲਿਖੀਆਂ ਹਰ ਬੰਦਾ ਇਸ ਨੂੰ ਸ਼ੇਅਰ ਕਰ ਰਿਹਾ ਜਿੱਥੇ ਕਿਸਾਨ ਖੇਤੀਬਾੜੀ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਉੱਥੇ ਬਹੁਤ ਸਾਰੀਆਂ ਜਥੇਬੰਦੀਆਂ ਬਹੁਤ ਸਾਰੇ ਲੋਕ ਕਿਸਾਨਾਂ ਨੂੰ ਸਮਰਥਨ ਦੇ ਰਹੇ ਨੇ ਸੋ ਪੰਜਾਬੀ ਸਹਹਦ ਦੇ ਮੰਨੇ ਜਾਂਦੇ ਬਾਬਾ ਬੋੜ ਸਰਜੀਤ ਪਾਤਰ ਜੀ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਜੋ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਸੀ ਜੋ ਉਹਨਾਂ ਨੂੰ ਪਦਮਸ਼ਰੀ ਦਿੱਤੇ ਗਏ ਸੀ ਉਹਨਾਂ ਨੇ ਰੋਸ ਦੇ ਵਿੱਚ ਆਣ ਕੇ ਉਹ ਪਦਮਸ਼ਰੀ ਜਿਹੜੇ ਸੀ ਭਾਰਤ ਸਰਕਾਰ ਨੂੰ ਵਾਪਸ ਕਰ ਦਿੱਤੇ ਸੋ ਜਿਸ ਵਿਸ਼ੇ ਨੂੰ ਲੈ ਕੇ ਸਾਡੇ ਨਾਲ ਸਹਹਦ ਦੇ ਸtare ਨਿਰਮਲ ਅਰਪਣ ਜੀ ਗੱਲਬਾਤ ਕਰਨ ਲਈ ਤਿਆਰ ਨੇ ਅਰਪਣ ਜੀ ਸਵਾਗਤ ਹੈ ਜੀ ਤੁਹਾਡਾ ਸਕਾਈ ਨਿਊਜ਼ ਪੰਜਾਬ 'ਚ ਸ਼ੁਕਰੀਆ ਹਜ਼ਰ ਤੁਸੀਂ ਗੱਲ ਸਰਜੀਤ ਪਾਤਰ ਦੀ ਕੀਤੀ ਹੈ ਤਬੀਲ ਅਰਥ ਸੇ ਤੋਂ ਸਰਜੀਤ ਪਾਤਰ ਪੰਜਾਬੀ ਕਵਤਾ ਦੇ ਪਿੰਡ ਤੇ ਛਾਇਆ ਹੋਇਆ ਹੈ ਔਰ ਇਹ ਉਹ ਬੱਦਲਾ ਵਾਂਗੂ ਛਾਇਆ ਹੋਇਆ ਹੈ ਜਿਹੜੇ ਬੱਦਲ ਤੁਹਾਡੀ ਆਤਮਾ ਨੂੰ ਠੰਡ ਪਾਉਂਦੇ ਸਰਜੀਤ ਪਾਤਰ ਦਾ ਅੰਦਾਜ਼ੇ ਬਿਆਨ ਜਿਹੜਾ ਉਹ ਬੇਹੱਦ ਖੂਬਸੂਰਤ ਹੈ ਨਰਾ ਸੁਰਜੀਤ ਪਾਤਰ ਹੀ ਪੰਜਾਬੀ ਦਾ ਕਵਿਤਾ ਲਿਖਣ ਵਾਲਾ ਕਵੀ ਨਹੀਂ ਹੈ ਉਹਦੇ ਹੁੰਦਿਆ ਅਜਾਇਬ ਚਿੱਤਰਕਾਰ ਸੰਤੋਖ ਸਿੰਘ ਤੀਰ ਡਾਕਟਰ ਜਗਤਾਰ ਡਾਕਟਰ ਮੋਹਨਜੀਤ ਇਹ ਲੋਕ ਸਾਰੇ ਹੀ ਕਵਿਤਾ ਲਿਖ ਰਹੇ ਸੀ ਪਰ ਉਹਨਾਂ ਦੇ ਵਿਚਕਾਰ ਜਿਵੇਂ ਇੱਕਦਮ ਸ਼ਿਵ ਕੁਮਾਰ ਦਾ ਨਾਮ ਸਾਹਮਣੇ ਆਇਆ ਆਇਆ ਐਸਾ ਕਿ ਉਹ ਪੌੜੀਆਂ ਇੰਜ ਚੜਿਆ ਕਿਵੇਂ ਪਤਾ ਨਹੀਂ ਲੱਗਾ ਕਿ ਪੀਓ 2 2 4 4 ਕਰਕੇ ਚੜ ਰਿਹਾ ਹੈ ਜਾਂ ਮਨ ਸਿੱਧਾ ਵਾਹ ਜਾਂ ਵੰਗ ਉੱਡ ਗਿਆ ਇੱਸੀ ਹੀ ਤਰ੍ਹਾਂ ਜਦੋਂ ਸਰਜੀਤ ਪਾਤਰ 1970 ਤੋਂ ਬਾਅਦ ਸਾਹਮਣੇ ਆਇਆ ਤਾਂ ਮੁਆਫ ਕਰਨਾ ਉਸ ਵੇਲੇ ਉਹਦਾ ਮੁਕਾਬਲਾ ਕੋਈ ਨਹੀਂ ਸੀ ਔਰ ਹੁਣ ਵੀ ਕੋਈ ਮੁਕਾਬਲਾ ਨਹੀਂ ਉਹਦਾ ਕਾਰਨ ਉਹਦਾ ਕਵੀ ਹੋਣਾ ਨਹੀਂ ਉਹਦਾ ਅੰਦਾਜ਼ੇ ਬਿਆਹ ਜਿਹੜਾ ਹੈ ਨਾ ਕਵਤਾ ਵਿੱਚ ਉਹ ਦੂਜੇ ਸਭਨਾ ਨਾਲੋਂ ਵੱਖਰਾ ਔਰ ਦੂਜੀ ਨਹੀਂ ਗੱਲ ਆਦਮੀ ਦੇ ਸਨਮਾਨ ਵਗੈਰਾ ਮਿਲਣ ਦੀ ਸਨਮਾਨ ਕਵੀਆਂ ਨੂੰ ਮਿਲਦੇ ਰਹਿੰਦੇ ਹੈ ਲੇਖਕ ਅਕਸਰ ਕਵਤਾ ਲਿਖਦਾ ਆਇਆ ਇਹ ਆਸ ਕਰਦਾ ਜੇ ਮੇਰੀ ਰਚਨਾ ਚੰਗੀ ਹੈ ਤੈਨੂੰ ਉਹਦਾ ਵਾਜਮ ਮਕਾਮ ਮਿਲਣਾ ਚਾਹੀਦਾ ਮੈਂ ਉਸੇ ਤਰ੍ਹਾਂ ਹੀ ਗੱਲ ਦੁਬਾਰਾ ਤੁਹਾਨੂੰ ਕਰਾਂਗਾ ਕਿ ਜਿੱਥੇ ਕਿਸਾਨਾਂ ਦੇ ਨਾਲ ਸੰਘਰਸ਼ ਵਾਸਤੇ ਹਰ ਵਰਗ ਜਿਹੜਾ ਖੜਾ ਹੋਇਆ ਵਾ ਬਹੁਤ ਸਾਰੀਆਂ ਜਥੇਬੰਦੀਆਂ ਖੜੀਆਂ ਹੋਈਆਂ ਨੇ ਤੇ ਪਾਤਰ ਹੁਣਾ ਵੀ ਉਸ ਦਾ ਰੋਸ ਪਟਾ ਕੇ ਜਿਹੜਾ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਸਨਮਾਨ ਤੇ ਦਿੱਤਾ ਗਿਆ ਸੀਗਾ ਉਹ ਉਹਨਾਂ ਨੇ ਵਾਪਸ ਕੀਤਾ ਉਹਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਪਾਤਰ ਸਾਹਿਬ ਨੇ ਇਹ ਫੈਸਲਾ ਬਿਲਕੁਲ ਸਹੀ ਲਿਆ ਜੀ ਬਿਲਕੁਲ ਉਹਦਾ ਸਨਮਾਨ ਪੱਤਰ ਵਾਪਸ ਕਰਨਾ ਇਹ ਕੋਈ ਛੋਟੀ ਗੱਲ ਨਹੀਂ ਵਾਪਸ ਕਰਨਾ ਬਹੁਤ ਵੱਡੀ ਗੱਲ ਹੈ ਹਾਲਾਂਕਿ ਹਿੰਦੁਸਤਾਨ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਪੰਜਾਬੀ ਆਰਟਿਸਟ ਖਿਲਰੇ ਹੋਏ ਨੇ ਔਰ ਪੰਜਾਬੀਆਂ ਨੂੰ ਬਹੁਤ ਵੱਡੇ ਵੱਡੇ ਇਨਾਮ ਵੀ ਪੁਰਸਕਾਰ ਵੀ ਮਿਲੇ ਨੇ ਪਰ surjit patar wahad ਜਿਹਾ ਆਦਮੀ ਹੈ ਜਿਨੂੰ ਪੰਜਾਬੀ ਕਵਤਾ ਦੇ ਵਿੱਚ ਬੇਹੱਦ ਉੱਚ ਤੇ ਸੁੱਚਾ ਸਨਮਾਨ ਮਿਲਿਆ ਔਰ ਜੇ ਉਸਨੇ ਇਹ ਸਨਮਾਨ ਵਾਪਸ ਕੀਤਾ ਤਾਂ ਇਹਦੇ ਨਾਲ ਉਹਦੀ ਰਚਨਾ ਔਰ ਉਹਦਾ ਹੀ ਵਜੂਦ ਦਾ ਉਦੇ ਨਾਂ ਦਾ ਜਿਹੜਾ ਡੰਕਾ ਉਹ ਬਿਲਕੁਲ ਉੱਪਰ ਸਿਖਰ ਤੇ ਵਾਜ ਰਿਹਾ ਉਹਦਾ ਕਾਰਨ ਇਹ ਹੈ ਕਿ ਸਰਜੀਤ ਪਾਤਰ ਦਾ ਸਨਮਾਨ ਵਾਪਸ ਕਰਨਾ ਇਹ ਸਮੁੱਚੀ ਪੰਜਾਬੀ ਕਵਤਾ ਦੀ ਇੱਜ਼ਤ ਨੂੰ ਹੋਰ ਵਧਾਏਗਾ ਜਿਵੇਂ ਬਾਰਿਸ ਹੈ ਬੁੱਲੇ ਸ਼ਾ ਜਾਂ ਅਜੇ ਹੋਰ ਪਾਤਰ ਨੇ ਜਿਨ੍ਹਾਂ ਨੇ ਸਨਮਾਨਾ ਦਾ ਟੇਰ ਜਿਨ੍ਹਾਂ ਨਾਲ ਲੱਗ ਗਿਆ ਜਿਨ੍ਹਾਂ ਦੇ ਨਾਂ ਨਾਲ ਤੇ ਆਵਾਮ ਯਾਦ ਕਰਦਾ ਹੈ ਅੱਜ ਵੀ ਇਸੇ ਤਰ੍ਹਾਂ ਸਰਜੀਤ ਪਾਤਰ ਜੀ ਜਦ ਵੀ ਗੱਲ ਚੱਲੇਗੀ ਉਦੋਂ ਉਹਦੇ ਇਸ ਸਨਮਾਨ ਦੇ ਮੋੜੇ ਜਾਣ ਦਾ ਜ਼ਿਕਰ ਇਹ ਖਾਸ ਜ਼ਰੂਰ ਹੋਏਗਾ ਇਥੇ ਪੰਜਾਬ ਦੇ ਬਹੁਤ ਸਾਰੇ ਖਿਡਾਰੀਆਂ ਨੇ ਵੀ ਸਨਮਾਨ ਤੇ ਜਿਹੜੇ ਉਹ ਵਾਪਸ ਕੀਤੇ ਨੇ ਬਹੁਤ ਸਾਰੇ ਸ਼ਾਇਰ ਜਿਹੜੇ ਵਾਪਸ ਕਰ ਰਹੇ ਨੇ ਤੇ ਕਿਤਨਾ ਕਿਤੇ ਜੇ ਸਿਆਸੀ ਪਾਰਟੀਆਂ ਦੀ ਗੱਲ ਕਰੀ ਤੇ ਸਿਆਸੀ ਪਾਰਟੀਆਂ ਵੀ ਕਹਿ ਰਹੀਆਂ ਕਿ ਸਾਨੂੰ ਵੀ ਜੋ ਭਾਰਤ ਸਰਕਾਰ ਤੋਂ ਸਨਮਾਨ ਹੋਏ ਨੇ ਉਹ ਵੀ ਅਸੀਂ ਜਿਹੜੇ ਉਹ ਵਾਪਸ ਕਰ ਰਹੇ ਆ ਕੀ ਤੁਸੀਂ ਮੰਨਦੇ ਹੋ ਕਿ ਸਿਆਸੀ ਪਾਰਟੀਆਂ ਜਿਹੜੀਆਂ ਇਹ ਵਾਕਈ ਵਾਪਸ ਕਰ ਰਹੀਆਂ ਜਾਂ ਕਿਤੇ ਨਾ ਕਿਤੇ ਡਰਾਮੇਬਾਜ਼ੀ ਕਰ ਰਹੀਆਂ ਸਿਆਸਤ ਦਾ ਨਾਂ ਹੀ ਡਰਾਮੇਬਾਜ਼ੀ ਹੈ ਇਹਨੂੰ ਹੋਰ ਖਿਲਾਰ ਕੇ ਮੈਂ ਗੱਲ ਆਖਾਂਗਾ ਤੇ ਉਹ ਬੁਰੀ ਲੱਗੇਗੀ ਸਿਆਸਤ ਦਾ ਕਾਮੀ ਮਲਬੀ ਇੱਕ ਨੂੰ ਮਾਰ ਦੂਜੇ ਨੂੰ ਮਾਰਤੀ ਜਨ ਮਾਰ ਤੇ ਆਪਣੇ ਆਪ ਨੂੰ ਬਚਾ ਇੱਕ ਗੱਲ ਪਿਓ ਨੂੰ ਪੁੱਤਰ ਨੇ ਕਹੀ ਕਿ ਪਿਤਾ ਜੀ ਤੁਸੀਂ ਤਾਂ ਮੈਨੂੰ ਜਾ ਦੱਸੀ ਨਹੀਂ ਤੇ ਆਪ ਕਿੱਡੇ ਵੱਡੇ ਸਿਆਸਤਦਾਨ ਬਣ ਉਹਨਾਂ ਆਖਿਆ ਪੁੱਤ ਮੈਂ ਤੈਨੂੰ ਹੁਣੇ ਦਿਖਾ ਦਿੰਦਾ ਇੱਕੋ ਦਾਤ ਦਿਖਾ ਦਿੰਦਾ ਤੇ ਉੱਪਰ ਚੜ ਜਾਏਗਾ ਉਹਨਾਂ ਆਖਿਆ ਦੱਸੋ ਉਹਨਾਂ ਕਹੇ ਥੋ ਕੋਠੇ ਤੇ ਛਾਲ ਮਾਰ ਉਹ ਛਾਲ ਮਾਰੀ ਦਾਤੋਂ ਦੀ ਟੁੱਟ ਗਈ ਉਹ ਕਹਿੰਦਾ ਤੁਸੀਂ ਇਹ ਕੀ ਕੀਤਾ ਉਹ ਕਹਿੰਦਾ ਪੁੱਤੇ ਇਹੀ ਤੇ ਕਰੀਂਦਾ ਕਿ ਪਿਓ ਹੋਵੇ ਜਾਂ ਪੁੱਤਰ ਹੋਵੇ ਸਿਆਸਤ ਤੇ ਚੇਹੇ ਨਹੀਂ ਵੇਖੀਦਾ ਇਹ ਵੇਖੀਦਾ ਕਿ ਅਗਲੇ ਨੂੰ ਢਾਉਣਾ ਕਿਵੇਂ ਤੇਰੀ ਲਾਟੜਵਾਤੀ ਕਿਣੀ ਇਹ ਸਿਆਸਤ ਹੈ ਸੋ ਸਿਆਸਤਦਾਨਾਂ ਤੋਂ ਇਹ ਚੰਗੀ ਆਸ ਕਰਨੀ ਔਰ ਫਿਰ ਸਾਹਿਤਕਾਰ ਇਹ ਆਸ ਕਰਨ ਕਦਾ ਤੇਤ ਨਹੀਂ ਸਾਹਿਦਾਰਾਂ ਦਾ ਕੰਮ ਹੋਰ ਹੈ ਉਹ ਜ਼ਿੰਦਗੀ ਦੀ ਰੂਹ ਨੂੰ ਉਹਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਂਦੇ ਨੇ ਭਾਵੇਂ ਉਹ ਕਿਸਾਨ ਹੈ ਤੇ ਭਾਵੇਂ ਉਹ ਕੋਈ ਹੋਰ ਹੈ ਹਰ ਵਰਗ ਦੇ ਲੋਕ ਆਪਣੀ ਆਪਣੀ ਤਰ੍ਹਾਂ ਕੇਂਦਰ ਦੇ ਨਾਲ ਭਾਰਤ ਸਰਕਾਰ ਦਾ ਜਨਨਕ ਸਿੱਧਾ ਗੱਲਮ ਕਰਾਂਗਾ ਕਿ ਨਰਿੰਦਰ ਮਰੋਦੀ ਦਾ ਜਿਹੜਾ ਉਹ ਵਿਰੋਧ ਕਰ ਰਹੇ ਨੇ ਸਹਿਤਕਰ ਵੀ ਅੱਗੇ ਹੋ ਕੇ ਆਏ ਨੇ ਸਹਿਤਕਰਾਂ ਨੂੰ ਕਿਸ ਤਰੀਕੇ ਦੇ ਨਾਲ ਵਿਰੋਧ ਕਰਨਾ ਚਾਹੀਦਾ ਹੈ ਕਿਉਂਕਿ ਹਰ ਵਰਗ ਜਿਹੜਾ ਆ ਕਿਤੇ ਧਰਨੇ ਪ੍ਰਦਰਸ਼ਨ ਕਰ ਰਿਹਾ ਕਿਤੇ ਨਾ ਕਿ ਹਰ ਤਰ੍ਹਾਂ ਦੇ ਪ੍ਰਦਰਸ਼ਨ ਕਰ ਰਿਹਾ ਸਹਿਤਕਰ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਪ੍ਰਦਰਸ਼ਨ ਕਰ ਸਕਦਾ ਇਸ ਵਕਤ ਮੇਰੀ ਉਮਰ ਜਿਹੜੀ ਹੈ 85 86 ਸਾਲ ਦੀ ਹੈ ਮੈਂ ਅਕਸਰ ਆਜ਼ਾਦੀ ਤੋਂ ਪਹਿਲਾਂ ਦੇ ਜੋ ਵੀ ਕੁਝ ਅੰਦolan ਹੁੰਦੇ ਰਹੇ ਨੇ ਉਹ ਵੀ ਵੇਖੇ ਆ ਤੇ ਇਸ ਆਜ਼ਾਦ ਮੁਲਕ ਦੇ ਵਿੱਚ ਹੁੰਦੇ ਵੀ ਦੇਖੇ ਆ ਅੱਜ ਦਿਨ ਤੱਕ ਕਿਸਾਨ ਪੁੱਤਰਾਂ ਨੇ ਆਪਣੀ ਮਾਂ ਦਾ ਮੁੱਲ ਨਹੀਂ ਮੋੜਿਆ ਜੋ ਅੱਜ ਮੋੜ ਰਹੇ ਨੇ ਜੋ ਅੱਜ ਖੂਨ ਦੇ ਕੇ ਮੋੜ ਰਹੇ ਨੇ ਤੇ ਤਿਆਰ ਨੇ ਕਿ ਲੋ ਸਾਡੇ ਸੀਨੇ 'ਚ ਗੋਲੀਆਂ ਮਾਰੋ ਜੋ ਮਰਜ਼ੀ ਕਰੋ ਅਸੀਂ ਹੁਣ ਪਛਾਣ ਨਹੀਂ ਹਟਣਾ ਉਹਦਾ ਕਾਰਨ ਹੈ ਕਿ ਬਾਕੀ ਤੇ ਵਪਾਰੀ ਜਿੰਨੇ ਸਨ ਜਾਂ ਹੋਰ ਤਰ੍ਹਾਂ ਦੇ ਲੋਕ ਸਨ ਉਹਨਾਂ ਨੇ ਤਾਂ ਕਾਂਗਰਸ ਨੂੰ ਜਾਂ ਦੂਜੀਆਂ ਪਾਰਟੀਆਂ ਨੂੰ ਆਪਣੇ ਟਾਈਮ ਦੇ ਵਿੱਚ ਕੁਝ ਨਾ ਕੁਝ ਦੇ ਦਵਾ ਕੇ ਨਾ ਆਪਣੇ ਕੰਮ ਛਾਰ ਲੈ ਪਰ ਜੱਟ ਕੀ ਦੇ ਕੇ ਆਪਣੀ ਪੈੜੀ ਦੇ ਕੇ ਮਤਲਬ ਇਹ ਆਪਣਾ ਹੱਕ ਮੰਗਦਾ ਬੜੀ ਦਿੱਤੀ ਨਹੀਂ ਜਾ ਸਕਦੀ ਧਰਤੀ ਜ਼ਮੀਨ ਜਿਹਨੂੰ ਕਹਿ ਲਓ ਉਹ ਕਿਸਾਨ ਦੀ ਮਾਂ ਹੈ ਕਿ ਮਾਂ ਜਿਹੜੀ ਹੈ ਮਾਂ ਨੂੰ ਵੇਚਿਆ ਨਹੀਂ ਜਾ ਸਕਦਾ ਔਰ ਪੁੱਤਰ ਨੇ ਇਹ ਮੁੱਲ ਪਾਤਾ ਇਸ ਗੱਲ ਦਾ ਮੁੱਲ ਪਾਤਾ ਕਿ ਮੈਂ ਮਾਂ ਤੇਰਾ ਸੱਚ ਮੁੱਚ ਦਾ ਪੁੱਤਰਾ ਤੇਰੀ ਹੀ ਕਰੇ ਜਿਗਰ ਚੋਂ ਤੇਰੀ ਰੂਹ ਚੋਂ ਤੇਰੇ ਇਹ ਆਤਮਾ ਚੋਂ ਨਿਕਲੇ ਆਇਆ ਤੇਰਾ ਪੁੱਤਰਾ ਔਰ ਇਹ ਅੰਦੋਲਨ ਜੋ ਮੈਂ ਸ਼ੁਰੂ ਕੀਤਾ ਇਹ ਕੁਝ ਲੈ ਕੇ ਮੁੜਾਂਗਾ ਜਾਂ ਮਾਰ ਕੇ ਮੁੜਾਂਗਾ ਸਰਪੰਜੀ ਸਵਾਲ ਮੇਰਾ ਇਹੀ ਹੈ ਕਿ ਹਰ ਵਰਗ ਜਿਹੜਾ ਆਪਣੇ ਤਰੀਕੇ ਦੇ ਨਾਲ ਸੰਘਰਸ਼ ਕਰ ਰਿਹਾ ਲੇਖਕ ਜਿਹੜੇ ਉਹ ਕਿਸ ਤਰੀਕੇ ਦੇ ਨਾਲ ਸੰਘਰਸ਼ ਕਰਨਗੇ ਇਸ ਮੁੱਦੇ ਨੂੰ ਲੈ ਕੇ ਕਿਸਾਨੀ ਮੁੱਦੇ ਨੂੰ ਲੈ ਕੇ ਕਿਸ ਤਰ੍ਹਾਂ ਸੱਚ ਸਾਹਮਣੇ ਲੈ ਕੇ ਆਉਣਗੇ ਸਰਕਾਰਾਂ ਦਾ ਸਰਕਾਰ ਦੇ ਵਿੱਚ ਜਿੰਨੇ ਔਗਣ ਨੇ ਉਹ ਦੱਸੇ ਨਹੀਂ ਜਾ ਸਕਦੇ ਤੇ ਜਿੰਨਾ ਚਿਰ ਕੋਈ ਸਿਆਸਤਦਾਨ ਆਪਣਾ ਨਾਲ ਭਰਿਆ ਹੋਇਆ ਨਹੀਂ ਉਹਨਾਂ ਚਿਰ ਉਹ ਸਿਆਸਤਦਾਨ ਨਹੀਂ ਬਣ ਸਕਦਾ ਇਹੋ ਜਿਹੇ ਹਾਲਾਤ ਬੜੇ ਚਿਰ ਤੋਂ ਸਾਹਤਕਾਰ ਵੇਖ ਰਿਹਾ ਔਰ ਹਰ ਕਵੀ ਨੇ ਇਹੋ ਜਿਹੇ ਮਾਹੌਲ ਦੇ ਉੱਤੇ ਕਵਿਤਾ ਲਿਖੀ ਹੈ ਔਰ ਖਾਸ ਤੌਰ ਤੇ ਸੰਤੋਖ ਸਿੰਘ ਧੀਰੇ ਮੋਨਜੀਤ ਯਾਜਕਤਾਰ ਹੈ ਜਾ ਸਰਜੀਤ ਪਾਤਰ ਹੈ ਖਾਸ ਤੌਰ ਤੇ ਜਿਨੇ ਮਲਪੀ ਇੱਕ ਇੱਕ ਪਲ ਦੇ ਉਤੇ ਮਲਪੀ ਉਹ ਇਸ ਸੋਚ ਕੇ ਕਿ ਮੇਰਾ ਹੱਕ ਬੰਦ ਹੈ ਕਿ ਮੈਂ ਕਵੀ ਹਾਂ ਔਰ ਮੈਂ ਉਹਨੂੰ ਕਵਤਾ ਵਜਾਂ ਜੋ ਮਾਨ ਦਿੱਤਾ ਗਿਆ ਮੈਂ ਉਸ ਸਨਮਾਨ ਦਾ ਮੁੱਲ 모ੜਾ ਕਿ ਜੋ ਕੁਝ ਤੁਸੀਂ ਕਰ ਰਹੇ ਹੋ ਉਹ ਗਲਤ ਕਰ ਰਹੇ ਹੋ ਅਸੀਂ ਤੁਹਾਡੇ ਖਿਲਾਫ ਲਿਖਾਂਗੇ ਮੈਂ ਜਾਂ ਮੇਰੇ ਸਾਥੀ ਨੇ ਮੈਂ ਉਹਨਾਂ ਦੀ ਗਿਣਤੀ ਨਹੀਂ ਕਰਾ ਸਕਦਾ ਪਰ ਜੋ ਵੀ ਹੈ ਸਾਹਿਤਕਾਰ ਹੈ ਉਹ ਭਾਵੇਂ ਕਵੀ ਐ ਭਾਵੇਂ ਕਵਤਾ ਤੋਂ ਇਲਾਵਾ ਹੋਰ ਪਾਸੇ ਲਿਖਣ ਵਾਲਾ ਉਹਦਾ ਧਰਮ ਬੰਦਾ ਕਿ ਉਹ ਲਿਖੇ ਔਰ ਉਹ ਲਿਖ ਰਹੇ ਨੇ ਬਿਲਕੁਲ ਬਹੁਤ ਸਾਰੇ ਲੋਕਾਂ ਦਾ ਕਹਿਣਾ ਸਿਆਣੇ ਦਾ ਕਹਿਣਾ ਕਿ ਤਲਵਾਰ ਨਾਲੋਂ ਤਿੱਖੀ ਜਿਹੜੀ ਤੇਜ਼ ਹੁੰਦੀ ਆ ਉਹ ਕਲਮ ਦੀ ਹੁੰਦੀ ਆ ਹਾਂਜੀ ਤਲਵਾਰ ਸ਼ਬਦ ਜਿਹੜਾ ਉਹ ਅਰਬੀ ਦਾ ਹੈ ਜੀ 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 ਤਲ ਤੇਵਾਰ ਪਰ ਸਾਡੇ ਗੁਰੂ ਨੇ ਸਾਨੂੰ ਕਿਰਪਾਨ ਸ਼ਬਦ ਦਿੱਤੀ ਹੈ ਜੀ ਜੀ ਕਿਰਪਾ ਤੋਂ ਹੈ ਤੇ ਮਲਪੀ ਸਾਡਾ ਜਿਹੜਾ ਕਲਮ ਹੈ ਉਹ ਕਿਰਪਾਨ ਹੈ ਕਿਰਪਾ ਬਣ ਕੇ ਅਸੀਂ ਇਸ ਜ਼ੁਲਮ ਦੇ ਖਿਲਾਫ ਲੜਾਂਗੇ ਸਭ ਤੋਂ ਬਿਲਕੁਲ ਲੱਗਦਾ ਨਹੀਂ ਜਦੋਂ-ਜਦੋਂ ਵੀ ਲੋਕ ਇਸ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਂਦੇ ਨੇ ਭਾਵੇਂ ਉਹ ਪੱਤਰਕਾਰ ਹੋਣ ਭਾਵੇਂ ਉਹ ਲੇਖਕ ਹੋਣ ਉਹਨਾਂ ਦੀ ਆਵਾਜ਼ ਨੂੰ ਹਮੇਸ਼ਾ ਹੀ ਦਬਾ ਦਿੱਤਾ ਜਾਂਦਾ ਹੈ ਉਹਨਾਂ ਦੀ ਕਲਮ ਨੂੰ ਜਿਹੜਾ ਸਿਆਸਤਦਾਨਾਂ ਵੱਲੋਂ ਦਬਾ ਦਿੱਤਾ ਜਾਂਦਾ ਆ ਜਿਹੜਾ ਸਿਆਸਤਦਾਨ ਕਲਮ ਨੂੰ ਦਬਾਉਂਦਾ ਓਏ ਮਤ ਸੋਚੇ ਕਿ ਉਹ ਸਦਾ ਜਿਉਂਦਾ ਰਹਿਣਾ ਉਹਨੇ ਘੜੀ ਪਲ ਦਾ ਪ੍ਰਾਉਣਾ ਪਰ ਜਿਹੜਾ ਕਵੀ ਹੈ ਹੁਣ ਜਿਸ ਤਰ੍ਹਾਂ ਫੈਜ਼ ਹੈ ਉਹ ساری ਉਮਰ ਇਹਨੂੰ ਪਤਾ ਨਹੀਂ ਕਿੰਨਾ ਚਿਰ ਕੈਦ ਰੱਖਿਆ ਵੱਖ-ਵੱਖ ਮੁਲਕਾਂ ਵਿੱਚ ਜਲਾ ਵਤਨ ਰਿਹਾ ਏਸੇ ਤਰ੍ਹਾਂ ਹਬੀਬ ਜਾਲਮ ਹੈ ਸਾਡੇ ਕੋਲ ਅਰਬਤ ਕਿਸਮ ਮਤੌਦੀ ਦੇਖੋ ਕਿ ਉਹਦੇ ਲਿਖਤ ਉੱਤੇ ਇਹ ਉਹ ਹਾਲਾਤ ਜੋ ਸਿਆਸਤਦਾਨ ਕਰਦੇ ਨੇ 8 ਸਾਲ ਉਹਨੂੰ ਕੈਦ ਰੱਖਿਆ ਮਲਬੀ ਇਹ ਚੀਜ਼ਾਂ ਜਿਹੜੀਆਂ ਨੇ ਕਵੀਆਂ ਨੂੰ ਸਿਆਸਤਦਾਨਾਂ ਨੂੰ ਕਹਿਤ ਤਾਂ ਰੱਖ ਸਕਦੀਆਂ ਨੇ ਪਰ ਉਹਨਾਂ ਨੂੰ ਉਹਨਾਂ ਜੋ ਜ਼ੁਲਮ ਹੋ ਰਿਹਾ ਉਹਦੇ ਖਿਲਾਫ ਲਿਖਣਾ ਨਹੀਂ ਟਾਲ ਸਕਦੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਪੂਰਾ ਇਹੋ ਜਿਹਾ ਕੋਈ ਸੰਘਰਸ਼ ਵੇਖਿਆ ਪਹਿਲਾਂ ਵਾਂਗ ਵੀ ਇਹੋ ਜਿਹਾ ਸੰਘਰਸ਼ ਕਿਸਾਨਾਂ ਵੱਲੋਂ ਕੀਤਾ ਗਿਆ ਹੋ ਬਿਲਕੁਲ ਕਦਾਚਿੱਤ ਇਹੋ ਜਿਹਾ ਸੰਘਰਸ਼ ਨਾ ਹੋਇਆ ਤੇ ਨਾ ਹੀ ਆਗਾ ਹੋ ਸਕਦਾ ਉਹਦਾ ਕਾਰਨ ਇਹ ਹੈ ਕਿ ਸਮੁੱਚੇ ਹਿੰਦੁਸਤਾਨ ਦੇ ਵਿੱਚ ਕਿਸਾਨ ਫੈਲਿਆ ਹੋਇਆ ਹੈ ਕੋਈ ਕੱਲਾ ਪੰਜਾਬ ਥੋੜਾ ਪੰਜਾਬ ਨੇ ਤੇ ਪਤਾ ਨਹੀਂ ਕਿੰਨੇ ਪੰਜਾਬੀ ਬਣਾ ਦਿੱਤੇ ਪੰਜਾਬ ਪਾਕਿਸਤਾਨ ਤੋਂ ਪਹਿਲਾਂ ਜਿੱਡਾ ਪੰਜਾਬ ਸੀ ਪਿਸ਼ੌਰ ਤੱਕ ਜਾਂਦਾ ਸੀ ਉਹ ਪੰਜਾਬ ਦੇ ਵਿੱਚ 16 ਸੂਬੇ ਪਾਕਿਸਤਾਨ ਨੂੰ ਕੱਟ ਕੇ ਫੇਰ ਵੀ ਪੰਜਾਬ ਰਹਿ ਗਿਆ ਪੰਜਾਬ 68 ਦੇ 60 ਜਾਂ 65 ਦੇ ਲੱਗੇ ਆ ਕੇ ਫਿਰ ਟੰਟੋਟੇ ਕੀਤੇ ਗਏ ਪੰਜਾਬ ਫਿਰ ਪੰਜਾਬ ਰਹਿ ਗਿਆ ਹੋਰ ਨਾ ਦੇ ਕੁਝ ਨਾਮ ਰੱਖੇ ਗਏ ਹੋਣ ਪੰਜਾਬ ਦਾ ਨਾਮ ਤਾਂ ਹੀ ਪੰਜਾਬ ਪਿਆ ਕਿ ਇਹਨੇ ਪੰਜ ਪਾਣੀਆਂ ਦੀ ਇੱਜ਼ਤ ਨੂੰ ਬਰਕਰਾਰ ਰੱਖਿਆ ਔਰ ਗਾਹ ਆਉਣ ਵਾਲੇ ਪਲਾਂ ਦੇ ਵਿੱਚ ਵੀ ਇਹ ਉਮੀਦ ਕੀਤੀ ਜਾਂਦੀ ਹੈ ਕਿ ਜਿਸ ਤਰ੍ਹਾਂ ਲੱਖਾਂ ਦੀ ਤਦਾਦ ਦੇ ਵਿੱਚ ਅੱਜ ਉਹ ਆਪਣੀ ਜਾਨ ਵਾਰਨ ਲਈ ਇਹੋ ਜੀ ਸਰਦੀ ਦੇ ਵਿੱਚ ਇਹੋ ਜੇ ਹਾਲਾਤ ਵਿੱਚ ਸਾਹਮਣੇ ਆਏ ਹੈ ਉਹ ਕੁਝ ਲੈ ਕੇ ਮੁਰਨਗੇ ਕੁਝ ਦੇ ਕੇ ਨਹੀਂ ਅਰਪਨ ਜੀ ਜੀ ਗੱਲ ਕਰੀਏ ਤੁਸੀਂ ਵੀ ਬਹੁਤ ਸਾਰੀਆਂ ਕਿਤਾਬਾਂ ਦੀ ਸਿਰਜਣਾ ਕਰ ਚੁੱਕੇ ਹੋ ਮਿਹਰਬਾਨੀ ਇਹ ਤੁਹਾਨੂੰ ਲੱਗਦਾ ਨਹੀਂ ਹੈ ਕਿ ਦਿੱਲੀ ਹਮੇਸ਼ਾ ਹੀ ਪੰਜਾਬ ਦੇ ਨਾਲ ਸਿੱਖ ਕੌਮ ਦੇ ਨਾਲ ਜਿਹੜੀ ਆ ਉਹ ਤੱਕਾ ਕਰਦੀ ਆਈ ਆ ਦੇਖੋ ਮੈਂ ਇੱਕ ਬੇਨਤੀ ਕਰਾਂ ਕੱਲੀ ਦਿੱਲੀ ਨਹੀਂ ਸਿਆਸਤਦਾਨ ਹਮੇਸ਼ਾ ਕਲਮ ਨਾਲ ਤੱਕਾ ਕਰਦਾ ਆ ਉਹ ਹੋਰ ਨਾ ਚੀਜ਼ਾਂ ਤੋਂ ਨਹੀਂ ਡਰਦਾ ਉਹ ਜਦ ਵੀ ਡਰਦਾ ਨਾ ਇੱਕੋ ਗੱਲ ਤੋਂ ਡਰਦਾ ਹੈ ਕਿ ਜੇ ਕਿਤੇ ਸ਼ਾਇਰ ਰੋਟ ਖਲੋਤੇ ਨਾ ਇਹਨਾਂ ਦੀ ਆਵਾਜ਼ ਨੇ ਹਜ਼ਾਰਾਂ ਨਹੀਂ ਲੱਖਾਂ ਬੰਦੇ ਖੜੇ ਕਰ ਦੇਣੇ ਔਰ ਇਸ ਚੀਜ਼ ਨੂੰ ਮੰਨੋ ਕਿ ਹੁਣ ਵੀ ਜੋ ਅੰਦੋਲਨ ਹੋਇਆ ਹੈ ਇਹਦੇ ਪਿੱਛੇ ਸਾਹਿਤਕਾਰੀ ਦਾ ਇਹਨਾਂ ਵੱਡਾ ਰੋਲ ਹੈ ਹੁਣ ਵੀ ਇਸ ਵੇਲੇ ਦਿੱਲੀ ਦੇ ਵਿੱਚ ਸਾਹਿਤਕਾਰ ਲੋਕ ਕਵੀ ਲੋਕ ਗੀਤ ਗਾਉਣ ਵਾਲੇ ਬੱਚੇ ਉਹਨਾਂ ਨੂੰ ਕਿਸੇ ਨੇ ਸੱਦਿਆ ਨਹੀਂ ਉਹ ਆਪਣੀ ਜਾਨ ਤੇ ਹੱਤ ਹਰ ਕੇ ਗਏ ਨੇ ਔਰ ਇਹ ਚੀਜ਼ ਦੱਸਦੇ ਹਾਂ ਅਗਾ ਜੋ ਵੀ ਕੁਝ ਹੋਏਗਾ ਸਹਾਇਤਕਾਰ ਇੰਝ ਹੀ ਜਿਸ ਕਿਸਾਨਾਂ ਦੇ ਨਾਲ ਜਾਂ ਇਹੋ ਜੀਆਂ ਲਹਿਰਾਂ ਦੇ ਨਾਲ ਜੁੜੇ ਰਹਿਣਗੇ ਦਿੱਲੀ ਇਹਦੇ ਵਿੱਚ ਕਿਤੇ ਵੀ ਨਹੀਂ ਦਿੱਲੀ ਜਦੋਂ ਵੀ ਭਾਵੇਂ ਇਹਨੂੰ ਕਲਕੱਤਾ ਆਪਣੀ ਰਾਜਧਾਨੀ ਬਣਾ ਦੇਣ ਜਾਂ ਕੋਈ ਬਣਾ ਦੇਣ ਇਨਾਂ ਤੋਂ ਇਹੀ ਆਤ ਕੀਤੀ ਜਾ ਸਕਦੀ ਹੈ ਕਿ ਇਹਨਾਂ ਨੇ ਸਿਆਸਤ ਸਿੱਖੀ ਹੈ ਇਹਨਾਂ ਸਿਆਸਤ ਕਰਨੀ ਹੈ ਇਹਨਾਂ ਇਨਸਾਨੀਅਤ ਨਹੀਂ ਸਿੱਖੀ ਇਹਨਾਂ ਦੇ ਅੰਦਰ ਇਨਸਾਨੀਅਤ ਨਹੀਂ ਹੈਗੀ ਤੇ ਜਦੋਂ ਇਨਸਾਨੀਅਤ ਹੀ ਨਹੀਂ ਹੈਗੀ ਤੇ ਉਦੋਂ ਇਹ ਆਤ ਕਰਨਾ ਕਿ ਦਿੱਲੀ ਬੋਲ ਰਹੀ ਹੈ ਕਿ ਇੱਕ ਆਪਣਾ ਕੈਪਟਨ ਮੈਂ ਅਮਰਿੰਦਰ ਸਿੰਘ ਬੋਲ ਰਿਹਾ ਅਮਰਿੰਦਰ ਸਿੰਘ ਨੂੰ ਚਾਹੀਦਾ ਸੀ ਅੱਜ ਤੋਂ 2 ਮਹੀਨੇ ਪਹਿਲਾਂ ਜਦੋਂ ਕਿਸਾਨ ਨੇ ਅਬ ਆਪਣੀ ਆਵਾਜ਼ ਅਰ ਸਹੀ ਆਵਾਜ਼ ਚੁੱਕੀ ਉਦੋਂ ਇਹਦਾ ਰਾਹ ਖੁੱਲਬਦਾ ਔਰ ਦਿੱਲੀ ਤੱਕ ਉਹਨਾਂ ਨੂੰ ਪਹੁੰਚਾਉਂਦਾ ਪਰ ਸੇ ਗੱਲ ਤੇ ਫਿਰ ਸੇ ਅਸਤ ਦੀ ਆ ਜਾਂਦੀ ਹੈ ਕਿ ਭਾਵੇਂ ਇਹ ਚੰਡੀਗੜ੍ਹ ਹੋਵੇ ਭਾਵੇਂ ਕੋਈ ਕੋਈ ਜਗਾ ਹੋਵੇ ਜਿਹੜੀ ਜਗਾ ਸਾਡੀ ਦਿੱਲੀ ਵਰਗੀ ਹੈ ਉੱਥੇ ਤੇ ਕੇ ਇਹ ਕਿਸਾਨਾਂ ਨੂੰ ਕੀ ਹਰ ਤਰ੍ਹਾਂ ਦੇ ਆਦਮੀ ਨੂੰ ਕੁਚਲ ਕੇ ਅੱਗੇ ਲੰਘਣ ਦੀ ਆਦਤ ਜਿਹੜੀ ਹੈ ਉਹ ਦਿੱਲੀ ਨੂੰ ਸਦਾ ਯਾਦ ਰਹੇਗੀ ਔਰ ਹੁਣ ਦਿੱਲੀ ਨੂੰ ਪਤਾ ਲੱਗ ਗਿਆ ਹੈ ਕਿ ਜੋ ਮੇਰੇ ਨਾਲ ਹੋ ਰਿਹਾ ਹੈ ਇਹਨੇ ਮੈਨੂੰ ਕੁਝ ਕਰਕੇ ਜਾਣਾ ਹੈ ਅੱਜ ਜਿਵੇਂ ਤੁਸੀਂ ਪੰਜਾਬੀ ਸਿੰਗਰਾਂ ਦੀ ਗੱਲ ਕੀਤੀ ਤਾਂ ਪੰਜਾਬੀ ਸਿੰਗਰਾਂ ਦੇ ਵੱਲੋਂ ਲਗਾਤਾਰ ਹੀ ਪਹਿਲਾਂ ਪੰਜਾਬ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਪ੍ਰਦਰਸ਼ਨ ਕੀਤੇ ਗਏ ਹੁਣ ਉਹਨਾਂ ਨੇ ਅਖੀਰ ਜਾ ਕੇ ਦਿੱਲੀ ਦੇ ਵਿੱਚ ਵੀ ਲੋਕਾਂ ਦੇ ਪ੍ਰਦਰਸ਼ਨ ਕੀਤੇ ਗਏ ਤੇ ਜੇ ਪੰਜਾਬ ਦੇ ਨੌਜਵਾਨਾਂ ਦੀ ਗੱਲ ਹੀ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਹਮੇਸ਼ਾ ਹੀ ਸਿਆਸਤਦਾਨਾਂ ਵੱਲੋਂ ਨਸ਼ੇੜੀ ਕਿਹਾ ਜਾਂਦਾ ਸੀ ਅੱਜ ਉਹੀ ਨੌਜਵਾਨ ਦਿੱਲੀ ਫਤਿਹ ਕਰਨ ਵਾਸਤੇ ਬਾਰਡਰਾਂ ਤੇ ਖੜੇ ਨੇ ਕਿਵੇਂ ਵੇਖਦੇ ਹੋ ਇਹਨੂੰ ਅਸਲ ਵਿੱਚ ਜਿਵੇਂ ਅਸੀਂ ਕਹਿੰਦੇ ਆ ਕਿ ਇੱਕ ਮੱਛੀ ਜਿਹੜੀ ਹੈ ਉਹ ਸਾਰੇ ਜਾਲ ਨੂੰ ਖਰਾਬ ਕਰ ਦਿੰਦੀ ਹੈ ਗੱਲ ਸਿਰਫ ਇਨੀ ਹੈ ਕਿ 100 ਦੇ ਵਿੱਚੋਂ ਕੋਈ ਇੱਕ ਅੱਧ ਬੰਦਾ ਨਛੇੜੀ ਹੋ ਜਾਣਾ ਇਹ ਕੁਦਰਤੀ ਹੈ ਜਿਹੜੇ ਪੰਜਾਬ ਦੇ ਇਕੱਲੇ ਸੂਬੇ ਦੀ ਗੱਲ ਨਾ ਕਰੀਏ ਉਹ ਤੇ ਬਹੁਤ سارے ਸੂਬਿਆਂ ਦੇ ਲੋਕ ਦਿੱਲੀ ਦੇ ਵਿੱਚ ਹਰਿਆਣੇ ਦੇ ਵਿੱਚ ਬਹੁਤ سارے ਲੋਕ ਜਿਹੜੇ ਇਸ ਤਰ੍ਹਾਂ ਦੇ ਨਸ਼ੇ ਕਰਦੇ ਪੰਜਾਬ ਦੀ ਗੱਲ ਛੱਡੋ ਹਿੰਦੁਸਤਾਨ ਦੀ ਗੱਲ ਛੱਡੋ ਕੁੱਲ ਦੁਨੀਆ ਦੇ ਵਿੱਚ ਨਸ਼ਾ ਜਿਹੜਾ ਉਹ ਇੰਨਾ ਜ਼ਿਆਦਾ ਮਲਬੀ ਵਿਕਰੀਆ ਹੋਰ ਖਾਦਾ ਜਾ ਰਿਹਾ ਹੈ ਕਿ ਉਹ ਸਾਨੂੰ ਮਿੱਟੀ ਦੇ ਮੁੱਲ ਹਿੰਦੁਸਤਾਨ ਨੂੰ ਇਸ ਕਰਕੇ ਭੇਜ ਰਹੇ ਨੇ ਕਿ ਹਿੰਦੁਸਤਾਨ ਨਸ਼ਾ ਕਰਨ ਚ ਸਭ ਤੋਂ ਪਿੱਛੇ ਹੈ। ਔਰ ਇਥੇ ਮੈਂ ਫੇਰ ਇਹ ਗੱਲ ਦਰਾਵਾਂਗਾ ਕਿ ਮੱਛੀ ਇੱਕ ਹੈ ਜਿਹੜੀ ਪਾਣੀ ਗੰਦਾ ਕਰ ਗਈ ਹੈ। ਮਤਲਬ ਬਹੁਤਾਂ 99 ਲੋਕ ਅਸੀ ਉਹ ਲੋਕ ਆ ਜਿਨ੍ਹਾਂ ਨੇ ਆਪਣੇ ਹੱਕਾਂ ਲਈ ਸਿਆਸਤਦਾਨਾਂ ਦੇ ਅੱਗੇ ਹਿੱਕੜਾਈ ਹੈ ਔਰ ਇਹ ਇੱਕ ਜਿਹੜੀ ਹੈ ਕੋਈ ਸਖਣੀ ਨਹੀਂ ਇਹਨਾ ਆਪਣੇ ਆਪ ਕੁਝ ਨਾ ਕੁਝ ਲੈ ਕੇ ਜਾਣਾ ਇਹ ਸਿਆਸਤਦਾਨ ਜਿੰਨੀਆਂ ਮਰਜ਼ੀ ਚਾਲਾਂ ਚੱਲਣ ਹੁਣ ਜਿੰਨਾ ਜੋ ਕੁਝ ਸਾਡੇ ਹੋਮ ਮਿਨਿਸਟਰ ਦਿੱਲੀ ਵਾਲੇ ਨੇ ਕੀਤਾ ਸ਼ਾਹ ਹੋਰਾਂ ਨੇ ਸ਼ਾਹ ਬਣ ਕੇ ਉਹਨੇ ਕੀ ਖੱਟ ਲਿਆ ਕੀ ਲੈ ਲਿਆ ਸਵਾਲ ਅੱਜ ਇੱਥੇ ਖੜਾ ਹੈ ਕਿ ਅੱਜ ਇਥੋਂ ਦਾ ਨੌਜਵਾਨ ਹਾਂ ਜਾਂ ਨਾ ਚਾਹੁੰਦਾ ਇਹ ਹਾਂ ਜਾਂ ਨਾ ਜਿਹੜੀ ਹੈ ਇਹ ਸਾਡੇ ਨੌਜਵਾਨਾਂ ਦੇ ਏਕਾਂ ਚੋਂ ਨਿਕਲੀ ਹੋਈ ਐ ਸਾਡੇ ਬਜ਼ੁਰਗਾਂ ਨੇ ਉਹਦਾ ਸਾਥ ਦਿੱਤਾ ਸਾਡੀਆਂ ਭੈਣਾਂ ਨੇ ਸਾਡੀਆਂ ਧੀਆਂ ਨੇ ਸਾਡੀਆਂ ਮਾਵਾਂ ਨੇ ਉਹਦਾ ਸਾਥ ਦਿੱਤਾ ਅਸੀਂ ਕਿਸੇ ਨੂੰ ਨਿਛੇੜੀ ਕਹਿ ਕੇ ਬਦਨਾਮ ਤੇ ਕਰ ਸਕਦੇ ਆ ਪਰ ਉਹਨੂੰ ਤਗੜਾ ਜਿਗਰੇ ਵਾਲਾ ਤੇ ਇਹ ਮਾਣ ਆਉਂਣ ਮਨਾਉਣ ਵਾਸਤੇ ਕਿ ਵੀ ਤੁਸੀਂ ਸਾਡੇ ਹੱਕ ਦਿਓ ਜੋ ਸਾਡੇ ਨਾਲ ਧੱਕਾ ਕਰ ਰਹੇ ਹੋ ਉਸ ਤੋਂ ਬਾਅਦ ਮੰਦਿਓ ਪੰਜਾਬ ਦਾ ਟੋਟਲੀ ਕਿਸਾਨ ਜਿਹੜਾ ਇਸ ਟਾਈਮ ਤੇ ਦਿੱਲੀ ਦੇ ਵਿੱਚ ਬੈਠਾ ਹੈ ਦਿੱਲੀ ਫਤਿਹ ਕਰਕੇ ਵਾਪਸ ਆਉਣਗੇ ਕਿਉਂ ਨਹੀਂ ਆਉਣਗੇ ਇੰਨੀ ਅੱਜ ਦਿਨ ਤੱਕ ਕਦੀ ਭੀੜ ਦਿੱਲੀ ਉੱਤੇ ਗਈ ਨਹੀਂ ਮੈਂ ਕਹਿੰਦਾ ਮੈਨੂੰ ਤਾਂ ਹੈਰਾਨੀ ਹੈ ਕਿ ਇੰਨੀ ਤਦਾਦ ਤੇ ਸ਼ਾਇਦ ਦਿੱਲੀ ਦੀ ਆਪਣੀ ਨਾ ਹੋਵੇ ਜਿੰਨੇ ਲੋਕ ਚਲੇ ਗਏ 15 15 20 20 ਕਿਲੋਮੀਟਰ ਤੱਕ ਲੰਮੀਆਂ ਟਰਾਲੀਆਂ ਖੜੀਆਂ ਨੇ ਖਾਲੀ ਘੜੀਆਂ ਉਹ ਲੋਕ ਅੱਗੇ ਬੈਠੇ ਨੇ ਔਰ ਹੱਕ ਢਾ ਕੇ ਬੈਠੇ ਨੇ ਔਰ ਉਹਨਾਂ ਨੂੰ ਉਮੀਦ ਹੈ ਕਿ ਇਹਨਾਂ ਨੇ ਸਾਡੇ ਤੇ ਪਾਣੀ ਵੀ ਪਾਉਣਾ ਹੈ ਔਰ ਉਹ ਠੰਡਾ ਪਾਣੀ ਪਾ ਕੇ ਵੇਖ ਵੀ ਲਿਆ ਸਾਡੇ ਠੰਡੇ ਪਾਣੀ ਨਾਲ ਫੁਆਰੇ ਥੱਲੇ ਨਾਉਂਦੇ ਬਿਲਕੁਲ ਔਰ ਤੁਸੀਂ ਇਹ ਦੇਖੋ ਸਾਡੀਆਂ ਅੱਖਾਂ ਦੇ ਵਿੱਚ ਗੈਸ ਜੋ ਛੱਡੀ ਹੈ ਕੀ ਉਹ ਗੈਸ ਸਾਡੇ ਦੀਆਂ ਅੱਖਾਂ ਨੂੰ ਤਾਂ ਤਗੜੀਆਂ ਕਰਨ ਵਾਸਤੇ ਛੱਡੀ ਹੈ ਉਹ ਸਾਨੂੰ ਕਮਜ਼ੋਰ ਕਰਨ ਲਈ ਕਿ ਨਸ ਜਾਣ ਪਰ ਕਦਾਚ ਇਹਨਾਂ ਚ ਕੋਈ ਵੀ ਭੱਜਣ ਵਾਲਾ ਨਹੀਂ ਔਰ ਜਿੰਨੇ ਆ ਛਿੱਟਾ ਇਹਨਾਂ ਤੇ ਪਈਆਂ ਇਹਨੇ ਉਹਨੇ ਹੀ ਅਗਾ ਪੈਰ ਪੁੱਟੇ ਆ ਔਰ ਇਹਦੀ ਉਮੀਦ ਹੈ ਕਿ ਪੁੱਟੇ ਹੋਏ ਪੈਰ ਕੁਝ ਲੈ ਕੇ ਜਾਣਗੇ। ਕਿ ਤੁਸੀਂ ਮੰਨਦੀ ਹੋ ਦਿੱਲੀ ਇਸ ਟਾਈਮ ਤੇ ਪੰਜਾਬ ਦੀ ਇਸ ਜਿਹੜੀ ਦੁਹਾਰ ਜਿਹੜੀ ਪੰਜਾਬ ਵੱਲੋਂ ਲਗਾਈ ਜਿਹੜੀ ਹੈ ਬਿੱਲੀ ਇਸ ਟਾਈਮ ਤੇ ਪੂਰੀ ਡਰੀ ਪਈ ਆ। ਬਿਲਕੁਲ 100% ਦੀ ਦਿੱਲੀ ਦੀ ਜਾਨ ਨਿਕਲੀ ਹੋਈ ਹੈ ਕਿ ਸਾਡੇ ਨਾਲ ਹੁਣ ਪਤਾ ਨਹੀਂ ਕੀ ਬਣਨਾ। ਕਿਉਂਕਿ ਇੱਕ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਪਾਰਲੀਮੈਂਟ ਨੂੰ ਚੁਣਨ ਵਾਲੇ ਮਲਬੀ 500 ਬੰਦਾ ਉਥੇ ਅਸੀਂ ਭੇਜਿਆ ਪਾਰਲੀਮੈਂਟ ਵਿੱਚ ਭੇਜਣ ਵਾਲੇ ਜਿਹੜੇ ਉਹਨਾਂ ਦੀ ਗਿਣਤੀ ਤਾਂ 130 ਕਰੋੜ ਮਲਬੀ ਕੀ ਆਇਆ ਜੇ ਸਾਡਾ ਸੌਰਦਾ ਨਹੀਂ ਕੁਝ ਤੇ ਇਹ 500 ਬੰਦੇ ਨੂੰ ਉਥੇ ਬਹਿਣ ਦਾ ਹੱਕ ਕੀ ਹੈ ਇਹ ਸੋਚਣ ਦੀ ਲੋੜ ਹੈ ਕਿ 500 ਵੱਡਾ ਨਹੀਂ ਹੈ 130 ਕਰੋੜ ਬੰਦੇ ਵੱਡੇ ਨੇ ਜਿਹੜੇ ਐਸ ਵਾਲੇ ਮੁਸ਼ਕਲ ਵਿੱਚ ਨੇ ਤੇ ਜਿਨ੍ਹਾਂ ਨੇ ਦਿੱਲੀ ਨੂੰ ਇਹ ਸਾਬਤ ਕਰ ਦੇਣਾ ਕਿ ਦਿੱਲੀ ਵੱਡੀ ਹੈ ਕਿ ਅਸੀਂ ਵੱਡੇ ਆ। ਅਰਪਨ ਜੀ ਲਾਸਟ ਸਵਾਲ ਆ ਸਿਹਤ ਤੋਂ ਗੱਲ ਮੈਂ ਸ਼ੁਰੂ ਕੀਤੀ ਤੇ ਸਿਹਤ ਤੇ ਹੀ ਖਤਮ ਕਰਾਂਗਾ। ਸਾਡੇ ਪੰਜਾਬੀ ਸਿਹਤ ਨਾਲ ਜੁੜੇ ਲੋਕਾਂ ਨੂੰ ਕੀ ਸੰਦੇਸ਼ ਦੇ ਦੇਣਾ ਚਾਹੋਗੇ? ਸਾਡੇ ਲੇਖਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇਸ ਸੰਘਰਸ਼ ਦੇ ਮੁੱਦੇ ਨੂੰ ਲੈ ਕੇ? ਸ਼ੁਕਰੀਆ ਜੀ ਇਹ ਗੱਲ ਤੁਸੀਂ ਬਹੁਤ ਵੱਡੀ ਕਹੀ ਹੈ ਪਰ ਬਾਤ ਬੇਸ਼ੱਕ ਹੈ। ਜੋ ਇਤਿਹਾਸ ਸਾਡੇ ਕੋਲ ਹੈ ਉਹ ਨਨਕਾਣਾ ਸਾਹਿਬ ਉੱਥੇ ਹੋ ਰਹੇ ਜ਼ੁਲਮ ਪੁਜਾਰੀਆਂ ਨੇ ਜੋ ਕੀਤੇ ਉਹ ਬਜ਼ਬਾਹ ਨਹੀਂ ਸੀ ਆਰਾ ਤਾਂ ਉਹਦਾ ਪਿੱਛੇ ਸਰਕਾਰ ਸੀ ਉੱਥੇ ਵੀ ਸਿਆਸਤਦਾਨ ਸਨ ਉਹਨਾਂ ਗੋਲੀਆਂ ਚ ਲਾਈਆਂ ਪਰ ਮaaf ਕਰਨਾ ਗੋਲੀਆਂ ਖਾਣ ਵਾਲੇ ਤਗੜੇ ਹੋਏ ਨਾ ਕਿ ਗੋਲੀਆਂ ਮਾਰਨ ਵਾਲੇ ਅੱਜ ਗੋਲੀਆਂ ਮਾਰਨ ਵਾਲੇ ਰਹਿ ਕਿੱਥੇ ਮੈਨੂੰ ਇਹ ਦੱਸੋ ਤੇ ਗੋਲੀਆਂ ਜਿੰਨਾ ਖਾਧੀਆਂ ਉਹ ਅੱਜ ਵੀ ਅੱਜ ਦੀ ਤਾਰੀਖ ਨੂੰ ਵੀ ਅੱਗੇ ਜਾਣ ਲਈ ਇੱਕ ਸਵਾਲ ਇੱਕ ਗੱਲ ਬਣ ਕੇ ਸਾਹਮਣੇ ਆਈ ਇਸੇ ਤਰ੍ਹਾਂ ਆਪਣਾ ਹੋਰ ਨਾ ਥਾਵਾਂ ਦੇ ਉੱਤੇ ਜਿੱਥੇ ਕਿਸਾਨਾਂ ਨੇ ਗੱਡੀਆਂ ਦੇ ਅੱਗੇ ਲੰਮੇ ਪੈ ਕੇ ਆਪਣੀਆਂ ਜਾਨਾਂ ਦਿੱਤੀਆਂ ਹਤਕੜੀਆਂ ਲੁਆਈਆਂ ਜਾਂ ਜੋ ਵੀ ਜ਼ੁਲਮ ਚੱਲੇ ਉਹਦਾ ਸਟਾਏ ਨਿਕਲਿਆ ਕਿ ਅਸੀਂ ਇਹ ਉਸ ਤੋਂ 10 ਗੁਣਾ ਹੋਰ ਹੁਣ ਤੇ 100 ਗੁਣਾ ਹੋਰ ਵੱਧ ਅਗਾਹ ਹੋ ਕੇ ਕਿ ਲਓ ਸਾਨੂੰ ਮਾਰੋ ਜੇ ਤੁਹਾਡੇ ਚ ਹਿੰਮਤ ਹੈ ਤੇ ਅਸੀਂ ਵੇਖਦੇ ਹਾਂ ਕਿ ਤੁਸੀਂ ਮਾਰਦੇ ਹੋ ਕਿ ਅਸੀਂ ਇਸ ਜਿੱਤ ਕੇ ਨਿਕਲਦੇ ਇਹ ਹਨ ਨਿਰਮਲ ਅਰਪਣ ਜੀ ਜਿਨ੍ਹਾਂ ਦੇ ਨਾਲ ਅਸੀਂ ਸਰਜੀਤ ਪਾਤਰ ਵੱਲੋਂ ਕੀਤੇ ਗਏ ਵਾਪਸ ਪਦਮਸ਼ਰੀ ਬਾਰੇ ਵਿਸ਼ੇਸ਼ ਗੱਲਬਾਤ ਕੀਤੀ ਜਿਨ੍ਹਾਂ ਦਾ ਕਹਿਣਾ ਹੈ ਕਿ ਸਰਜੀਤ ਪਾਤਰ ਵੱਲੋਂ ਇਹ ਸਲਾਂਗਾ ਯੁੱਗ ਅਪਰਾਲਾ ਕੀਤਾ ਗਿਆ ਗੱਲ ਕਿਸਾਨਾਂ ਦੇ ਸੰਘਰਸ਼ ਦੀ ਬਾਰੇ ਉਹਨਾਂ ਗੱਲਬਾਤ ਕਰਦੇ ਆ ਕਿਹਾ ਕਿ ਕਿਸਾਨਾਂ ਵੱਲੋਂ ਸੰਘਰਸ਼ ਜੋ ਕੀਤਾ ਜਾ ਰਿਹਾ ਉਹਦੇ ਨਾਲ ਸਹਿਤਕਾਰ ਹਰ ਵਰਗ ਜਿਹੜਾ ਕਿਸਾਨਾਂ ਦੇ ਨਾਲ ਹੈ ਸੋ ਦਿੱਲੀ ਹਮੇਸ਼ਾ ਹੀ ਪੰਜਾਬ ਜਿੱਤ ਕੇ ਵਾਪਸ ਪਰਦਾ ਰਿਹਾ ਹੈ ਇਸ ਵਾਰ ਵੀ ਪੰਜਾਬ ਦਿੱਲੀ ਜਿੱਤ ਕੇ ਵਾਪਸ ਆਵੇਗਾ ਅਮਰਸਰ ਤੋਂ ਜਗਤਾਰ ਸਿੰਘ ਮੱਲ ਨਾ ਸਕਾਈ ਨਿਊਜ਼ ਪੰਜਾਬ ਹਰਿਆਣਾ ਹਿਮਾਚਲ